ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਚਨਾਲੀਆ। ਸੋ ਦੋਸਤੋ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਲਈ ਚੁਟਕਲੇ ਅਤੇ ਕੁਝ ਹਾਸਿਆਂ ਵਾਲੀਆਂ ਗੱਲਾਂ, ਕੁਝ ਆਪ ਬੀਤੀਆਂ ਅਤੇ ਕੁਝ ਇਕੱਠੀਆਂ ਕੀਤੀਆਂ ਹੋਈਆਂ ਗੱਲਾਂ ਆਪਾਂ ਨੇ ਤੁਹਾਨੂੰ ਹਸਾਉਣ ਦੇ ਲਈ। ਲਓ ਦੋਸਤੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਾਂਗਾ ਤੁਹਾਨੂੰ ਕਿ ਜੇ ਮੇਰੇ ਤੁਹਾਨੂੰ ਚੁਟਕਲੇ ਪਸੰਦ ਆਉਂਦੇ ਨੇ, ਮੇਰੀਆਂ ਵੀਡੀਓਜ਼ ਜਿਹੜੀਆਂ ਮੈਂ ਪਾਉਂਦਾ ਤੁਹਾਨੂੰ ਪਸੰਦ ਆਉਂਦੀਆਂ ਨੇ, ਸੋ ਪਲੀਜ਼ ਮੇਰਾ ਜਿਹੜਾ ਚੈਨਲ ਹੈ ਇਸ ਨੂੰ ਸਬਸਕ੍ਰਾਈਬ ਅਤੇ ਮੇਰੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ, ਅਤੇ ਕਮੈਂਟਾਂ 'ਚ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਪਸੰਦ ਆ ਰਹੀ ਆ ਜਾਂ ਨਹੀਂ ਆ ਰਹੀ। ਸੋ ਲਓ ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਆਪਣੇ ਨਾਲ ਬੀਤੀ ਵੀ ਗੱਲ ਸੁਣਾਉਂਦਾ ਜੀ। ਅੱਜ ਮੈਂ ਨਾ ਮੇਲੇ 'ਤੇ ਚਲਿਆ ਗਿਆ ਇੱਕ। ਅੱਜ ਕੱਲ੍ਹ ਨਾ ਕਮੇਡੀ ਕਲਾਕਾਰਾਂ 'ਚੋਂ ਬਹੁਤ ਨਿਕਲਦੀ ਆ, ਸਿੰਗਰਾਂ 'ਚੋਂ ਕਮੇਡੀ ਬਹੁਤ ਨਿਕਲਦੀ ਆ। ਮੈਂ ਮੇਲੇ 'ਤੇ ਗਿਆ ਅਤੇ ਜਦ ਦੇਖਿਆ ਸਿੰਗਰ ਨੇ ਗਾਣਾ ਪਤਾ ਕਿਹੜਾ ਲਾਇਆ ਹੋਇਆ, ਕਹਿੰਦਾ ਜਦ ਟੈਂਟ 'ਚ ਪਲੇਟਾਂ ਲੱਗੀਆਂ ਫਿਰ ਤੀਵੀਆਂ 'ਚ ਤੀਵੀਆਂ ਬੱਜੀਆਂ ਪਨੀਰ ਦੇ ਪਕੌੜੇ ਦੇਖ ਕੇ। ਐਸੇ ਐਸੇ ਕਲਾਕਾਰ ਗਾਣੇ ਲਾਈ ਜਾਂਦੇ ਆ। ਇੱਕ ਕਲਾਕਾਰ ਨੇ ਤਾਂ ਹੱਦ ਹੀ ਕਰਤੀ ਜੀ, ਉਹਨੇ ਗਾਣਾ ਪਤਾ ਕਿਹੜਾ ਗਾਇਆ, ਕਹਿੰਦਾ ਕੰਨ ਖੋਲ ਕੇ ਤੂੰ ਸੁਣ ਮੇਰੀ ਗੱਲ ਨੀ, ਡੋਲੀ ਗਹਿਰਾਂ ਦੀ ਤੂੰ ਚੜ ਜਾਏਗੀ ਕੱਲ ਨੀ, ਕੰਨ ਖੋਲ ਕੇ ਤੂੰ ਸੁਣ ਮੇਰੀ ਗੱਲ ਨੀ, ਡੋਲੀ ਗਹਿਰਾਂ ਦੀ ਤੂੰ ਚੜ ਜਾਏਗੀ ਕੱਲ ਨੀ, ਕਹਿ ਮੈਂ ਵੀ ਕਾਰਾ ਪੁੱਠਾ ਕਰ ਜੂੰ, ਜਦੋਂ ਹੋਊਗੀ ਸੁਹਾਗ ਰਾਤ ਤੇਰੀ ਨੀ ਪੈਂਡਾ ਥੱਲੇ ਬੰਬ ਧਰ ਜੂੰ, ਹੋਊਗੀ ਸੁਹਾਗ ਰਾਤ ਤੇਰੀ ਨੀ ਪੈਂਡਾ ਥੱਲੇ ਬੰਬ ਧਰ ਜੂੰ। ਲਓ ਜੀ, ਕੱਲ ਦੀ ਗੱਲ ਆ ਜੀ। ਕੱਲ੍ਹ ਮੇਰੇ ਘਰ ਵਾਲੀ ਨੇ ਨਾ ਦਾਲ ਧਰਤੀ ਕੁੱਕਰ 'ਚ ਪਾ ਕੇ, ਕੁੱਕਰ 'ਚ ਪਾ ਕੇ ਦਾਲ ਧਰਤੀ, ਮੈਂ ਕਮਰੇ ਦੇ ਵਿੱਚ ਬੈਠਿਆ, ਅਚਾਨਕ ਉਹਦੀ ਉੱਪਰ 'ਤੇ ਸਹੇਲੀ ਆ ਗਈ, ਆ ਕੇ ਗੱਲਾਂ ਕਰਨ ਲੱਗ ਗਈ ਸਾਡੇ ਨਾਲ, ਮੇਰੇ ਘਰ ਦੀ ਵੀ ਬਹਿ ਗਈ, ਮੈਂ ਵੀ ਬਹਿ ਗਿਆ, ਅਤੇ ਗੱਲਾਂ ਮਾਰੀ ਗਈ। ਉੱਧਰ ਕੁੱਕਰ ਦੀਆਂ ਸੀਟੀਆਂ 'ਤੇ ਸੀਟੀਆਂ ਵੱਜੀ ਜਾਣ, ਸੀਟੀਆਂ 'ਤੇ ਸੀਟੀਆਂ ਵੱਜੀ ਜਾਣ, 3-4 ਸੀਟੀਆਂ ਵੱਜ ਗਈਆਂ। ਮੈਂ ਆਪਣੀ ਘਰਦੀ ਨੂੰ ਕਿਹਾ, ਮੈਂ ਕਿਹਾ ਭਗਵਾਨੇ, ਉੱਧਰ ਕੁੱਕਰ ਦੇਖ ਲਾ ਵਿਚਾਰਾ ਕੱਦਾਂ ਸੀਟੀਆਂ ਮਾਰੀ ਜਾਂਦਾ, ਉਹ ਦਾਲ ਦੇਖ ਲਾ ਨਹੀਂ ਤਾਂ ਦਾਲ ਸੜ ਜੂਗੀ। ਮੈਨੂੰ ਪਤਾ ਕੀ ਕਹਿੰਦੀ, ਕਹਿੰਦੀ ਦਾਲ ਨੂੰ ਚਾਹੇ ਅੱਗ ਲੱਗ ਜਾਵੇ ਪਰ ਤੇਰੀ ਦਾਲ ਨਹੀਂ ਗਲ ਦਿੰਦੀ। ਕੱਲ੍ਹ ਦੀ ਗੱਲ ਹੈ ਜੀ, ਮੈਂ ਘਰੇ ਗਿਆ ਜਾਂ ਸ਼ਾਮ ਨੂੰ, ਅਤੇ ਘਰ ਦੀ ਮੇਰੀ ਚੁੱਪ ਕਰਕੇ ਬੈਠੀ, ਅਤੇ ਮੈਂ ਹੈਰਾਨ, ਮੈਂ ਕਿਹਾ ਘਰ ਦੀ ਚੁੱਪ ਕਰਕੇ ਕਿਸ ਤਰ੍ਹਾਂ ਬਹਿ ਗਈ ਯਾਰ, ਤਾਂ ਚੁੱਪ ਕਰ ਨਹੀਂ ਸਕਦੀ। ਜਾਂਦੇ ਸਾਰ ਪਟਰ 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 ਪਟਰ, ਅਤੇ ਮੈਂ ਆਪਣੇ ਮੁੰਡੇ ਨੂੰ ਬੁਲਾਇਆ, ਮੈਂ ਕਿਹਾ ਲਾਡੀ ਪੁੱਤ ਗੱਲ ਸੁਣ, ਆ ਮੰਮੀ ਅੱਜ ਤੇਰੀ ਚੁੱਪ ਚਾਪ ਬੈਠੀ ਆ, ਕੀ ਗੱਲ, ਠੀਕ ਵੀ ਆ, ਸੁੱਖ ਵੀ ਆ ਘਰੇ? ਕਹਿੰਦਾ ਹਾਂ ਡੈਡੀ। ਮੈਂ ਕਿਹਾ ਕੀ ਹੋ ਗਿਆ? ਉਹ ਕਹਿੰਦਾ ਹੋਣਾ ਗਿਆ ਡੈਡੀ, ਕਹਿੰਦਾ ਮੰਮੀ ਨੇ ਮੇਰੇ ਤੋਂ ਸੁਰਖੀ ਮੰਗੀ ਸੀ, ਕਹਿੰਦਾ ਮੈਂ ਜਾ ਕੇ ਭੈਰੀ ਕਿਉਂ ਕਿ ਫੜਾ ਦੀ। ਬਈ ਮੇਰੀ ਚੀਜ਼ ਸੁਣ ਕੇ ਮੇਰੀਆਂ ਤਾਂ ਅੱਖਾਂ ਭਰ ਆਈਆਂ, ਮੈਂ ਤਾਂ ਆਪਣੇ ਮੁੰਡੇ ਨੂੰ ਘੁੱਟ ਕੇ ਕਾਲਜੇ ਨਾਲ ਲਾ ਲਿਆ। ਮੈਂ ਕਿਹਾ ਜੁਗ ਜੁਗ ਜਿਉਂਦਾ ਰਹਿ ਪੁੱਤ, ਤੇਰੇ ਵਰਗਾ ਲਾਲ ਨਾ ਰੱਬ ਸਾਰਿਆਂ ਨੂੰ ਦੇਵੇ। ਇੱਕ ਟੁੱਟਿਆ ਹਾਰਿਆ ਥੱਕਿਆ ਹੋਇਆ ਪਤੀ ਕੰਮ ਤੋਂ ਆਪਣੇ ਘਰ ਆਉਂਦਾ, ਕੀ ਦੇਖਦਾ, ਉਹਦੇ ਘਰ ਵਾਲੀ ਨਾ ਨਾਟਕ ਦੇਖ ਰਹੀ ਆ ਕੁਲਫੀ ਕੁਮਾਰ ਬਾਜੇ। ਆ ਕੇ ਉਹਨੂੰ ਕਹਿੰਦਾ, ਕਹਿੰਦਾ ਚੁੱਪ ਕਰਕੇ ਖਬਰਾਂ ਲਾ ਦੇ, ਕਹਿੰਦਾ ਨਹੀਂ ਤਾਂ ਦੇਖ ਲਾ। ਫਿਰ ਘਰ ਦੀ ਚੁੱਪ ਬੋਲਦੀ, ਫਿਰ 2 ਮਿੰਟ ਬਾਅਦ ਹੌਸਲਾ ਬਣਾਉਂਦਾ, ਫਿਰ ਕਹਿੰਦਾ, ਕਹਿੰਦਾ ਚੁੱਪ ਕਰਕੇ ਖਬਰਾਂ ਲਾ ਦੇ, ਕਹਿੰਦਾ ਨਹੀਂ ਤਾਂ ਦੇਖ ਲਾ। ਫਿਰ ਘਰ ਦੀ ਫਿਰ ਚੁੱਪ, ਫਿਰ ਨਹੀਂ ਕੁਛ ਬੋਲਦੀ, ਫਿਰ ਹੌਸਲਾ ਜਿਹਾ ਬਣਾਉਂਦਾ, ਕਹਿੰਦਾ ਚੁੱਪ ਕਰਕੇ ਖਬਰਾਂ ਲਾ ਦੇ, ਕਹਿੰਦਾ ਨਹੀਂ ਤਾਂ ਦੇਖ ਲਾ। ਫਿਰ ਘਰ ਦੀ ਚੁੱਪ ਉੱਠ ਕੇ ਕਹਿੰਦੀ, ਕਹਿੰਦੀ ਹਾਂ ਕੀ ਨਹੀਂ ਤਾਂ, ਕੀ ਨਹੀਂ ਤਾਂ ਲਾਈ ਆ? ਕਹਿੰਦਾ ਨਹੀਂ ਤਾਂ ਫਿਰ ਮੈਂ ਉਹੀ ਦੇਖ ਲੂੰਗਾ ਨਾ। ਲੋਕ ਪਤਾ ਨਹੀਂ ਆਪਣੇ ਘਰ ਵਾਲੀਆਂ ਤੋਂ ਕਿਵੇਂ ਡਰੀ ਜਾਂਦੇ ਆ। ਮੈਂ ਤਾਂ ਨਹੀਂ ਡਰਦਾ, ਮੈਂ ਤਾਂ ਅੱਜ ਆਪਣੀ ਘਰ ਵਾਲੀ ਨੂੰ ਕਹਿਤਿਆ, ਮੈਂ ਕਿਹਾ ਮੈਂ ਨਹੀਂ ਭਾਂਡੇ ਮਾਂਜਦਾ, ਠੰਡ ਬਹੁਤ ਆ, ਦੁਪਹਿਰ ਨੂੰ ਮਾਂਜੂ। ਮੈਂ ਹੁਣ ਗੱਲ ਸੁਣਾਉਂਦਾ ਤੁਹਾਨੂੰ ਛਣਕੂ ਦੀ। ਛਣਕੂ ਸਾਡੇ ਪਿੰਡ ਦਾ ਬੜਾ ਘੈਂਟ ਬੰਦਾ ਜੀ, ਕਿਹੜਾ, ਉਹ ਜੰਮੂ ਕਸ਼ਮੀਰ ਚਲਾ ਗਿਆ,
ਜੰਮੂ ਕਸ਼ਮੀਰ ਕੀ ਦੇਖਦਾ ਜਾ ਕੇ ਇੱਕ ਬਾਈ ਅਖਰੋਟ ਵੇਚ ਰਿਹਾ। ਅਖਰੋਟ ਨੂੰ ਦੇਖ ਕੇ ਕਹਿੰਦਾ ਕਹਿੰਦਾ ਬਾਈ ਆਹ ਕੀ ਆ? ਕਹਿੰਦਾ ਬਾਈ ਅਖਰੋਟ ਆ ਅਖਰੋਟ। ਕਹਿੰਦਾ ਇਹਨਾਂ ਨਾਲ ਕੀ ਹੁੰਦਾ? ਕਹਿੰਦਾ ਇਹਨਾਂ ਨੂੰ ਖਾਣ ਤੇ ਬੰਦੇ ਦਾ ਦਿਮਾਗ ਤੇਜ਼ ਹੁੰਦਾ। ਛਣਕੂ ਕਹਿੰਦਾ ਇਹ ਕਿੱਦਾਂ ਹੋ ਸਕਦਾ? ਕਹਿੰਦਾ ਹੁਣੇ ਸਾਬਤ ਕਰ ਦਿੰਦੇ ਆਪਾਂ। ਕਹਿੰਦਾ ਕਰ ਸਾਬਤ। ਉਸ ਬੰਦੇ ਨੇ ਪੁੱਛਿਆ ਛਣਕੂ ਨੂੰ, ਕਹਿੰਦਾ ਤੂੰ ਮੈਨੂੰ ਪਹਿਲਾਂ ਐਂ ਦੱਸ 1 ਕਿਲੋ ਚੌਲਾਂ ਦੇ ਵਿੱਚ ਕਿੰਨੇ ਚੌਲ ਹੁੰਦੇ ਆ? ਛਣਕੂ ਕਹਿੰਦਾ ਪਤਾ ਨਹੀਂ ਮੈਨੂੰ ਕਿੰਨੇ ਚੌਲ ਹੁੰਦੇ ਆ। ਉਸ ਬੰਦੇ ਨੇ ਨਾ ਛਣਕੂ ਨੂੰ ਇੱਕ ਅਖਰੋਟ ਦਿੱਤਾ, ਕਹਿੰਦਾ ਲੈ ਫੜ। ਛਣਕੂ ਨੇ ਭੰਨਿਆ ਅਖਰੋਟ ਖਾ ਲਿਆ ਤੇ ਫਿਰ ਕਹਿੰਦਾ ਉਹ ਬੰਦਾ ਕਹਿੰਦਾ ਹੁਣ ਤੂੰ ਐਂ ਦੱਸ 1 ਦਰਜਨ ਦੇ ਵਿੱਚ ਕਿੰਨੇ ਕੇਲੇ ਹੁੰਦੇ ਆ? ਛਣਕੂ ਕਹਿੰਦਾ 12। ਉਹ ਬਾਈ ਕਹਿੰਦਾ ਕਹਿੰਦਾ ਹੋ ਗਿਆ ਨਾ ਦੇਖ ਲਾ ਤੇਜ਼ ਦਿਮਾਗ। ਛਣਕੂ ਕਹਿੰਦਾ ਹਾਂ ਬਾਈ। ਕਹਿੰਦਾ ਐਂ ਕਰ 2 ਕਿਲੋ ਤੋਲ ਦੇ। ਛਣਕੂ ਦੇਖਿਆ ਮੰਜੇ ਤੇ ਬੈਠੇ ਆ, ਸਮੋਸੇ ਨੂੰ ਐਂ ਫੋਲੀ ਜਾਂਦਾ ਐਂ ਫੋਲੀ ਜਾਂਦਾ ਤੇ ਜਿਹੜਾ ਵਿੱਚ ਤੇ ਆਲੂ ਜੇ ਕੱਟ ਕੇ ਖਾ ਗਏ। ਮੈਂ ਦੇਖਿਆ, ਮੈਂ ਕਿਹਾ ਛਣਕੂ ਆਹ ਕੀ ਕਰੀ ਜਾਂਦਾ ਤੂੰ? ਉਹ ਕਹਿੰਦਾ ਯਾਰ ਮੈਂ ਬਿਮਾਰ ਆ। ਮੈਂ ਕਿਹਾ ਜੇ ਬਿਮਾਰ ਆ ਫਿਰ ਸਮੋਸਾ ਇੱਦਾਂ ਕਿਉਂ ਖਾ ਰਿਹਾ? ਉਹ ਕਹਿੰਦਾ ਡਾਕਟਰ ਨੇ ਨਾ ਬਾਹਰ ਵਾਲੀਆਂ ਚੀਜ਼ਾਂ ਖਾਣ ਤੇ ਮਨਾ ਕਰਿਆ ਨਾ, ਇਸ ਕਰਕੇ ਮੈਂ ਅੰਦਰ ਦਾ ਹੀ ਖਾ ਰਿਹਾ।